ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਵਰਡ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ, ਕਿਵੇਂ ਸਾਰੇ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਦੇਖੋ ਜੀ, ਮੋਰਨਿੰਗ ਹੋ ਰਹੀ ਹੈ, ਬਰਸਾਤ, ਮੀਂਹ ਪੈ ਰਿਹਾ ਜੀ, ਠੰਡੀ ਠੰਡੀ ਮੋਰਨਿੰਗ ਆ, ਅਤੇ ਮੋਰਨਿੰਗ ਦਾ ਹੀ ਪੈ ਰਿਹਾ ਮੀਂਹ ਵੀ। ਅੱਜ ਸੰਡੇ ਦਾ ਦਿਨ ਆ, ਅਤੇ ਅੱਜ ਤਾਂ ਦੱਸਿਆ ਹੀ ਹੋਇਆ ਸੀਗਾ, ਮੀਂਹ ਪੈਣਾ ਹੈ, ਅਤੇ ਅੱਜ ਫਿਰ ਮੀਂਹ ਦੱਸਿਆ ਹੋਇਆ ਸੀ ਤਾਂ ਪਊ ਤਾਂ ਜ਼ਰੂਰ, ਹੈ ਨਾ। ਅਤੇ ਠੰਡ ਪੂਰੀ ਹੋਈ ਹੋਈ ਆ, ਠੰਡ ਲੱਗ ਰਹੀ ਆ, ਅਤੇ ਅਭੀ ਜੋਤ ਨਹਾਉਣ ਗਿਆ ਹੋਇਆ, ਸ਼ਾਇਦ ਆਪਾਂ ਚਲੇ ਗਏ ਕੰਮ 'ਤੇ ਆਪਣੇ, ਅਤੇ ਸਾਡੇ ਨਾ ਗੁਆਂਢੀਆਂ ਦੇ ਥੋੜ੍ਹੇ ਜਿਹੇ ਘਰ ਛੱਡ ਕੇ ਨਾ ਬੀਬੀ ਜੀ, ਇੱਕ ਆਂਟੀ ਦੀ ਡੈਥ ਹੋ ਗਈ ਸੀ, ਉਹਨਾਂ ਦਾ ਭੋਗ ਆ, ਅਤੇ ਉੱਥੇ ਵੀ ਜਾਣਾ ਮੈਂ, ਅਤੇ ਮੈਂ ਕੰਮ ਕਾਰ ਹਜੇ ਕੋਈ ਵੀ ਨਹੀਂ ਕੀਤਾ, ਰੋਟੀ ਪਾਣੀ ਆਪਾਂ ਨਿਬੇੜ ਲਈ ਖਾਣੀ ਆ, ਅਤੇ ਹੁਣ ਸਹਿਜ ਜਾਊਗੀ ਪਹਿਲਾਂ ਨਹਾਉਣ, ਫਿਰ ਉਸ ਤੋਂ ਬਾਅਦ ਮੈਂ ਤਾਂ ਕੰਮ ਕਰਕੇ ਨਾ ਆਉਂਗੀ। ਅਭੀ ਨਹਾਉਣ ਗਿਆ ਹੋਇਆ, ਮੈਂ ਉਹੀ ਦੱਸ ਰਹੀ ਹਾਂ ਵੀ ਅਭੀ ਗਿਆ ਹੋਇਆ, ਅਤੇ ਮੀਂਹ ਅੱਜ ਸਵੇਰ ਦਾ ਪੈ ਰਿਹਾ, ਸ਼ੁਕਰ ਕਰੋ ਵੀ ਮੈਂ ਅੱਜ ਆਪਣੇ ਕੱਲ੍ਹ ਕੱਪੜੇ ਧੋ ਲਏ ਸੀਗੇ, ਇਹਨਾਂ ਦੀਆਂ ਡਰੈੱਸਾਂ ਵਗੈਰਾ ਧੋ ਲਈਆਂ ਸੀ, ਕਿਉਂਕਿ ਮੀਂਹ ਸਵੇਰ ਦੀ ਪੈ ਰਿਹਾ, ਇੱਕ ਵਾਰ ਮਾੜੀ ਜਿਹੀ ਵਿੱਚ ਨੂੰ ਧੁੱਪ ਜਿਹਦਾ ਚਮਕਾਰਾ ਪੈ ਵੀ ਗਿਆ ਸੀ, ਬਟ ਹੁਣ ਮੀਂਹ ਪੈ ਰਿਹਾ ਹੈ ਨਾ, ਅਤੇ ਚਲੋ ਕੋਈ ਗੱਲ ਨਹੀਂ, ਕਿਉਂਕਿ ਹੁਣ ਇੰਨੀ ਟੈਨਸ਼ਨ ਜੀ ਨਹੀਂ ਹੈਗੀ, ਮੈਨੂੰ ਡਰੈੱਸਾਂ ਦੀ ਜ਼ਿਆਦਾ ਟੈਨਸ਼ਨ ਸੀ। ਸਹਿਜ ਬੰਦ ਕਰਦੀ ਫਿਰ ਸਾਰਾ ਗਿੱਲਾ ਹੋ ਜੂਗਾ, ਅਤੇ ਮੈਨੂੰ ਜ਼ਿਆਦਾ ਇਹਨਾਂ ਦੀ ਡਰੈੱਸਾਂ ਸੀਗੀ, ਕਿਉਂਕਿ ਇਹਨਾਂ ਸਵੇਰੇ ਪਾ ਕੇ ਜਾਣੀਆਂ ਸੀਗੀਆਂ, ਫਿਰ ਕੋਟ ਵਗੈਰਾ ਬਲੇਜ਼ਰ ਵਗੈਰਾ ਹੁੰਦੇ ਨੇ ਜਿਹੜੇ ਇਹਨਾਂ ਦੇ ਕੋਟੀਆਂ ਹੁੰਦੀਆਂ ਨੇ, ਫਿਰ ਉਹ ਮੈਂ ਹਫ਼ਤੇ 'ਚ ਦੋ ਵਾਰੇ ਧੋਣੀ ਹੁੰਦੀ ਹੈ ਜੇ, ਹੈ ਨਾ, ਉਹ ਫਿਰ ਤੁਹਾਨੂੰ ਪਤਾ ਇੰਨਾ ਜ਼ਿਆਦਾ ਨਹੀਂ ਉਹ ਕਰ ਹੁੰਦਾ ਹੁੰਦਾ, ਮਤਲਬ ਕਿ ਗੰਦੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਵੀ ਨਹੀਂ ਹੈਗੀਆਂ, ਅਤੇ ਬਾਕੀ ਤੁਹਾਨੂੰ ਪਤਾ ਸਰਦੀ 'ਚ ਜਲਦੀ ਸੁੱਕਦੀਆਂ ਵੀ ਨਹੀਂ ਹੈਗੀਆਂ, ਅਤੇ ਤਾਂ ਕਰਕੇ ਫਿਰ ਮੈਂ ਇਕੱਲੇ ਆਪਣੇ ਚੱਕ 'ਤੇ ਸੀਗੇ ਕੰਮ, ਅਤੇ ਹਲੇ ਕਰਨਾ ਹਜੇ ਕੰਮ ਕਰ। ਚਲੋ ਜੀ, ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ, ਮਿਲਦੀ ਹਾਂ ਜੀ ਮੈਂ ਤੁਹਾਨੂੰ ਫੇਰ। ਮੈਂ ਕਿਹਾ ਚਲੋ ਮੈਂ ਆਪਣੇ ਫਰੈਂਡਸ ਨੂੰ ਮੀਂਹ ਦਿਖਾ ਦੇਵਾਂ, ਮੈਂ ਆਪਣੀ ਫੈਮਿਲੀ ਨੂੰ ਮੀਂਹ ਦਿਖਾ ਦੇਵਾਂ, ਤੁਸੀਂ ਵੀ ਦੱਸੋ ਤੁਹਾਡੇ ਕਿੱਥੇ ਕਿੱਥੇ ਪੈ ਰਿਹਾ ਸੰਡੇ ਵਾਲੇ ਦਿਨ ਮੀਂਹ, ਸਾਡੇ ਤਾਂ ਜੀ ਪੈ ਰਿਹਾ, ਅਤੇ ਚਲੋ ਜੀ ਹੁਣ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਤੁਸੀਂ। ਹਾਂਜੀ ਫਰੈਂਡਸ, ਆਪਾਂ ਕਿਚਨ ਵਗੈਰਾ ਵੀ ਸਾਫ਼ ਕਰ ਲਈ, ਇੱਧਰ ਰੂਮ ਵਗੈਰਾ ਵੀ ਆਪਾਂ ਕਲੀਨ ਕਰਤਾ, ਪੋਚੇ ਵਗੈਰਾ ਆਪਾਂ ਲੱਗ ਗਏ, ਸਾਰੇ ਕੰਮ ਕਰਕੇ ਹੋ ਗਏ ਫ੍ਰੀ, ਬਟ ਅੱਜ ਮੈਂ ਕੰਮ ਕੀਤੇ ਨੇ ਆਫ ਕੈਮਰਾ, ਕਿਉਂਕਿ ਬਾਹਰ ਪੈ ਰਿਹਾ ਮੀਂਹ, ਅਤੇ ਮੀਂਹ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ, ਤੁਹਾਨੂੰ ਪਤਾ ਹੀ ਹੈ, ਫਿਰ ਮੀਂਹ ਦੇ ਨਾਲ ਤਾਂ ਬੰਦਾ ਵੈਸੇ ਹੀ ਦੁਖੀ ਹੋ ਜਾਂਦਾ, ਹੈ ਨਾ, ਅਤੇ ਵਿਹੜਾ ਮੈਂ ਧੋ ਕੇ ਆਈ ਹਾਂ, ਕਿਉਂਕਿ ਵਿਹੜੇ ਦੇ ਵਿੱਚ ਵੈਸੇ ਤਾਂ ਬੂੰਦਾਬਾਂਦੀ ਜੀ ਹੋ ਰਹੀ ਆ, ਪਰ ਨਾ ਰੇਤਾ ਸੀਗਾ, ਫਿਰ ਮੈਨੂੰ ਇਹ ਸੀਗਾ ਵੀ ਜਦੋਂ ਬਾਹਰ ਅੰਦਰ ਨੂੰ ਆਵਾਂਗੇ, ਹੈ ਨਾ, ਬਾਹਰੋਂ ਵਿਹੜੇ ਦੇ ਵਿੱਚੋਂ, ਫਿਰ ਉਹ ਪੈਰ ਲੱਗ ਲੱਗ ਕੇ ਅੰਦਰ ਨੂੰ ਰੇਤਾ ਲੱਗ ਲੱਗ ਕੇ ਆਊਗਾ, ਤਾਂ ਕਰਕੇ ਵਿਹੜਾ ਮੈਂ ਧੋਇਆ ਹੀ, ਅਤੇ ਇੱਧਰ ਬੱਚੇ ਆਪਣੀ ਸਟੱਡੀ ਕਰ ਰਹੇ ਨੇ, ਬੱਚੇ ਬੈਠਾ ਸਟੱਡੀ ਕਰ ਲਏ, ਨਹਾ ਲਏ ਇਹ ਦੋਨੋਂ, ਅੱਜ ਮੈਂ ਨਹੀਂ ਨਹਾਉਂਦੀ ਬਾਈ, ਮੇਰਾ ਮੂਡ ਬਣੂਗਾ ਮੈਂ ਨਹਾਉਂਗੀ, ਮੇਰਾ ਮੂਡ ਨਹੀਂ ਬਣੂਗਾ ਮੈਂ ਨਹੀਂ ਨਹਾਉਂਗੀ, ਨਹੀਂ ਸਹਿਜ ਅੱਜ ਮੇਰਾ ਮੂਡ ਨਹੀਂ, ਪਤਾ ਕੀ ਅੱਜ ਮੈਨੂੰ ਠੰਡ ਲੱਗਦੀ ਆ, ਮੈਂ ਭੋਗ 'ਤੇ ਜਾਣਾ ਸੀਗਾ, ਮੈਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ, ਪਰ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਸੀਗਾ, ਫਿਰ ਮੈਨੂੰ ਇਹ ਸੀਗਾ ਵੀ ਮੈਨੂੰ ਠੰਡ ਬਹੁਤ ਚੜ ਜਾਂਦੀ ਇੱਕਦਮ ਹੀ, ਪਰ ਮੈਂ ਕਿਹਾ ਵੀ ਅੱਜ ਠੰਡ ਆ ਮੈਂ ਨਹੀਂ ਜਾ ਸਕਦੀ ਹੈਗੀ, ਨਾਲੇ ਬਾਰਿਸ਼ 'ਚ ਤਾਂ ਵੈਸੇ ਹੀ ਚਿੱਕੜ ਜਿਹੇ 'ਚ ਜਾਣ ਨੂੰ ਜੀ ਨਹੀਂ ਕਰਦਾ ਹੈਗਾ, ਅਤੇ ਚਲੋ ਵੈਸੇ ਮੈਂ ਉਹਨਾਂ ਦੇ ਘਰ ਜਾ ਕੇ ਬੈਠ ਜ਼ਰੂਰ ਆਈ ਸੀਗੀ ਭੋਗ 'ਤੇ, ਪਹਿਲਾਂ ਮਤਲਬ ਕਿ ਫੁੱਲਾਂ ਵਾਲੇ ਦਿਨ ਮੈਂ ਬੈਠੀ ਆਈ ਸੀਗੀ ਉਹਨਾਂ ਦੇ ਘਰ ਜਾ ਕੇ ਸ਼ਾਮ ਨੂੰ, ਅਤੇ ਪਰ ਮੈਂ ਮਨਪ੍ਰੀਤ ਦੀਦੀ ਨੂੰ ਜਵਾਬ ਦੇ ਤਾ, ਮੈਂ ਕਿਹਾ ਦੀਦੀ ਵੀ ਮੇਰੇ ਤੋਂ ਨਹੀਂ ਜਾ ਹੋਣਾ ਹੈਗਾ ਵੀ ਮੌਸਮ ਖਰਾਬ ਆ, ਹੈ ਨਾ, ਫਿਰ ਸਰੀਰ ਸਿਹਤ ਨਹੀਂ ਮੇਰੀ ਫਿਰ ਠੀਕ ਰਹਿ, ਅਤੇ ਉੱਧਰ ਆਪਣੇ ਬੱਚੇ ਲੱਗੇ ਹੋਏ ਨੇ ਖੇਡਣ, ਇੱਧਰ ਇਹ ਪੜ੍ਹ ਰਹੇ ਨੇ, ਮੈਂ ਆਪਣੇ ਕੰਮ ਸਾਰੇ ਨਿਬੇੜਤੇ ਆਫ ਕੈਮਰਾ। ਦੇਖੋ ਜੀ, ਪੋਚੇ ਪੁੱਚੇ ਤਾਂ ਆਪਾਂ ਮੀਂਹ ਪੈਂਦੇ 'ਚ ਵੀ ਲਾਉਂਦੇ ਹਾਂ, ਉਹ ਆਪਾਂ ਲਾਏ ਬਿਨਾਂ ਰਹਿ ਨਹੀਂ ਸਕਦੇ, ਮੈਨੂੰ ਸਾਦਗੀ ਜੀ ਨਹੀਂ ਹੈਗੀ, ਸਹਿਜ ਵੀ ਤਾਂ ਕਹਿੰਦੇ ਨੇ ਸਾਫ਼ ਪਿਆ, ਥੋੜ੍ਹਾ ਟਾਈਮ ਹੋਵੇ ਮੰਮਾ ਅਸੀਂ ਕਿਤੇ
ਇੰਨਾ ਕੋਈ ਟਾਈਮ ਬਚਾਓ ਕਿ ਮੰਮਾ ਨੇ ਜਲਦੀ 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 ਪਰ ਸਾਰਾ ਕੰਮ ਲਿਬੇੜ ਕੇ ਜਾਣ। ਇੱਕ ਵਾਰ ਅਸੀਂ ਮਨਾਲੀ ਘੁੰਮਣ ਗਏ ਸੀਗੇ, ਉੱਥੇ ਨਾ ਕਿਆ ਹੋਇਆ, ਮਨਾਲੀ ਘੁੰਮਣ ਗਏ ਸੀ, ਉੱਥੇ ਨਾ ਥੋੜ੍ਹਾ ਜਿਹਾ ਜਿਹੜੀ ਜਿਹੜੀ ਮਤਲਬ ਬੈੱਡ ਦੀ ਆਹ ਹੁੰਦੀ ਆ, ਕੀ ਕਹਿੰਦੇ ਉਹਨੂੰ, ਰਜਾਈ ਹੁੰਦੀ ਆ, ਉਹਨੂੰ ਵੀ ਉੱਥੇ ਵੀ ਹਨਾ ਪਹਿਲਾਂ ਸਾਰਾ ਸਾਫ਼ ਕੀਤਾ, ਫਿਰ ਉਹਨਾਂ ਨੇ ਆਹ ਸੈੱਟ ਕੀਤਾ, ਫਿਰ ਅਸੀਂ ਘੁੰਮਣ ਗਏ ਆ। ਦੇਖ ਲਓ ਫਿਰ ਬਹੁਤ ਰਸ਼ ਹੋ ਜਾਂਦਾ ਗਾਹਾਂ ਵੀ, ਗੱਡੀ ਫਿਰ ਬਹੁਤ ਜ਼ਿਆਦਾ ਦੂਰ ਖੜੂਗੀ, ਫਿਰ ਤਾਂ ਇੰਨਾ ਤੁਰ ਵੀ ਨਹੀਂ ਹੋਣਾ ਹੈਗਾ। ਤੇ ਮੈਨੂੰ ਇਹ ਹੁੰਦਾ ਵੀ ਮੈਨੂੰ ਮੈਂ ਜਿੱਥੇ ਵੀ ਜਾਂਦੀ ਆਪਣਾ ਘਰ ਵਾਲਾ ਫੀਲ ਕਰਦੀ ਨੂੰ ਵੀ ਮੈਂ ਘਰੇ ਆਪਣੇ ਹਨਾ। ਤੇ ਉੱਥੇ ਜਿਹੜਾ ਅਸੀਂ ਰੂਮ ਲਿਆ ਸੀਗਾ, ਜਦੋਂ ਤੱਕ ਮੈਂ ਸਾਰੇ ਕੱਪੜੇ ਕੱਪੜੇ ਬੈਗ ਵਗੈਰਾ 'ਚ ਪਾ ਕੇ, ਬੈੱਡ ਸ਼ੀਟਾਂ ਉੱਥੇ ਦੋਨਾਂ ਬੈੱਡਾਂ ਦੀਆਂ ਹਨਾ ਵਿਛਾ ਕੇ ਚੰਗੀ ਤਰ੍ਹਾਂ ਰਜਾਈ ਵਗੈਰਾ ਸੈੱਟ ਕਰਕੇ ਫੇਰ ਗਈ ਹਾਂ। ਤੇ ਜਦੋਂ ਆਪਾਂ ਕਹਿੰਦੇ ਤੂੰ ਤਾਂ ਹਾਏ ਸਮਝ ਗਿਆ ਹੋਣਾ ਤੁਸੀਂ, ਤੇ ਕਹਿੰਦੇ ਵੀ ਤੂੰ ਦੱਸ ਵੀ ਉਹਨਾਂ ਨੇ ਆਪੇ ਕਰ ਦੇਣਾ ਰੂਮ ਕਲੀਨ ਸਾਰਾ, ਤੁਹਾਨੂੰ ਮਿਲੂਗਾ ਆਇਆ ਹੋਇਆ। ਪਰ ਮੈਨੂੰ ਫਿਰ ਵੀ ਹੁੰਦਾ ਵੀ ਜਿੱਥੇ ਵੀ ਆਪਾਂ ਜਾਂਦੇ ਹਾਂ ਵੀ ਰੂਮ ਵਗੈਰਾ ਕਲੀਨ ਕਰ ਦਈਏ, ਚਾਹੇ ਅਸੀਂ ਜਾਣਾ ਹੋਵੇ ਕਿਤੇ ਨਾ ਵੀ ਜਲਦੀ ਹੀ ਜਾਣਾ ਹੋਵੇ, ਚਾਹੇ ਅਸੀਂ ਸਵੇਰੇ 8 ਵਜੇ ਵੀ ਜਾਣਾ ਹੋਵੇ, ਮੈਂ ਤਾਂ ਵੀ ਆਪਣਾ ਝਾੜੂ ਪੋਚਾ ਕਰਕੇ ਜਾਣਾ। ਚਾਹੇ 5 ਵਜੇ ਵੀ ਜਾਣਾ ਹੋਵੇ ਤਾਂ ਵੀ ਮੈਨੂੰ ਇਹ ਹੁੰਦਾ ਵੀ ਆ ਕੇ ਕਰਨ ਨੂੰ ਕੰਮ ਨਾ ਹੋਵੇ, ਝਾੜੂ ਪੋਚਾ ਕਰਕੇ ਫਿਰ ਜਾਂਦੀ ਹਾਂ ਆਪਣੇ ਘਰ ਦੇ ਕੰਮ ਕਰਕੇ, ਤੁਹਾਨੂੰ ਮੈਂ ਫਿਰ ਮਿਲਦੀ ਹਾਂ। ਅਭੀ ਤੂੰ ਵੀ ਲਾ ਲਾ ਲਿਆ ਕਰ ਪੁੱਤੇ, ਤਾਂ ਔਰਗੈਨਿਕ ਹੈ, ਇਹ ਤਾਂ ਕੋਈ ਵੀ ਲਾ ਸਕਦਾ ਹੈ, ਜਲ ਜੀ ਨਹੀਂ ਬਾਅਦ ਚ ਸੁੱਕਾ ਸੁੱਕਾ ਵੀ ਹੋ ਜਾਂਦਾ। ਨਾ ਮੈਂ ਤਾਂ ਲਾਉਂਦੀ ਵੀ ਨਹੀਂ, ਤੁਸੀਂ ਕੱਢਦੇ ਕੱਢਦੇ ਨਹੀਂ, ਇਹ ਦੂਏ ਲੋਟ ਕੱਢਦਾ, ਥੱਲੇ ਤੋਂ ਕੱਢ ਹੁੰਦਾ ਉੱਪਰ ਤੋਂ ਕਹੂੰ, ਮੈਨੂੰ ਪਤਾ ਘੱਟ ਜਾਏਗਾ। ਮੈਂ ਇੰਨਾ ਨਹੀਂ ਲਾਉਂਦੀ, ਕੁਛ ਜ਼ਿਆਦਾ ਆਪਣੇ ਫੇਸ ਤੇ ਯੂਜ਼ ਨਹੀਂ ਕਰਦੀ ਹੈਗੀ, ਮੈਂ ਕਦੇ ਵੀ ਮਤਲਬ ਕਿ ਜ਼ਿਆਦਾ ਕਰੀਮਾਂ ਵਗੈਰਾ ਕੁਛ ਨਹੀਂ ਲਾਉਂਦੀ ਹੈਗੀ, ਮੈਨੂੰ ਵਧੀਆ ਨਹੀਂ ਲੱਗਦੀਆਂ ਹੈਗੀਆਂ ਕਰੀਮਾਂ ਵਗੈਰਾ ਲਗਾਉਣੀਆਂ, ਜਿਵੇਂ ਕਿ ਮੈਂ ਸਿਰਮ ਹੁੰਦੇ ਨੇ ਔਰਗੈਨਿਕ ਹੁੰਦੇ ਨੇ। ਹੁਣ ਜਿਵੇਂ ਮੈਂ ਤਾਂ ਜਿਹੜੀ ਸ਼ੌਪ ਤੋਂ ਲੈਂਦੀ ਹਾਂ, ਇੱਕ ਵਾਰ ਮਿਲ ਜਾਂਦਾ, ਦੂਜੀ ਵਾਰ ਫਿਰ ਮਿਲਦਾ ਨਹੀਂ ਹੁੰਦਾ, ਫਿਰ ਵੀਰੇ ਉਹ ਨਹੀਂ ਹੋਰ ਨਵਾਂ ਦੇ ਦਿੰਦੇ ਨੇ। ਰਾਹੁਲ ਵੀਰ ਜੀ ਕਹਿੰਦੇ ਆਹ ਲਾ ਕੇ ਦੇਖੋ ਭਾਬੀ ਜੀ, ਆਹ ਬਹੁਤ ਵਧੀਆ, ਤੇ ਤਾਂ ਕਰਕੇ ਫਿਰ ਮੈਂ ਜਿਹੜਾ ਹੁੰਦਾ ਲਿਆਉਂਦੀ ਹਾਂ ਇਹ ਮੈਂ ਯੂਜ਼ ਕਰਦੀ ਹਾਂ। ਮੈਂ ਫੇਸ ਸਿਰ ਮੈਂ ਲਾਉਂਦੀ ਹਾਂ, ਮੈਂ ਜ਼ਿਆਦਾ ਮਤਲਬ ਕਿ ਮੈਂ ਕੋਲਡ ਕਰੀਮ ਵਗੈਰਾ ਵੀ ਕੁਛ ਨਹੀਂ ਇੱਦਾਂ ਦਾ ਲਾਉਂਦੀ ਹੈਗੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਜਾਂ ਫਿਰ ਮੈਂ ਨਾਰੀਅਲ ਦੇ ਤੇਲ ਨਾਲ ਮਸਾਜ ਕਰ ਲੈਂਦੀ ਹਾਂ। ਜੇ ਕੋਈ ਮੈਰਿਜ ਵਗੈਰਾ ਆਪਣੀ ਖਾਸ ਹੁੰਦੀ ਆ ਤਾਂ ਮੈਂ ਉਹ ਪਲੱਸ ਦਾ ਜਿਹੜਾ ਫੇਸ਼ੀਅਲ ਹੈ ਨਾ ਉਹ ਕਰਦੀ ਹੁੰਦੀ ਹਾਂ, ਉਹ ਵੀ ਜੇ ਖਾਸ ਹੋਵੇ ਮੈਰਿਜ ਆਪਣੀ ਤਾਂ, ਨਹੀਂ ਤਾਂ ਮੈਂ ਕਈ ਵਾਰ ਉਹ ਵੀ ਸਕਿਪ ਕਰ ਦਿੰਦੀ ਹੁੰਦੀ ਹਾਂ। ਅਤੇ ਮੈਂ ਆਕਸੀ ਦੀ ਬਲੀਚ ਕਰ ਲੈਂਦੀ ਹੁੰਦੀ ਹਾਂ, ਬਸ ਮੈਨੂੰ ਆਕਸੀ ਲਾਈਫ ਦੀ ਬਲੀਚ ਵਧੀਆ ਲੱਗਦੀ ਆ। ਕਰੋ ਮੰਮਾ, ਮੈਨੂੰ ਆਕਸੀ ਲਾਈਫ ਦੀ ਬਲੀਚ ਵਧੀਆ ਲੱਗਦੀ ਆ, ਮੈਂ ਇਹੀ ਲਾਉਂਦੀ ਹਾਂ ਠੰਡ ਦੇ ਵਿੱਚ ਖੁਸ਼ਕੀ ਲਈ। ਆ ਲਗਾਇਆ ਕਰੋ ਖੁਸ਼ਕੀ ਲਈ ਵੀ, ਵੈਸੇ ਵੀ ਉਹ ਗਲੋ ਆਉਂਦਾ ਫੇਸ ਵਗੈਰਾ ਤੇ। ਮੈਨੂੰ ਹੋਰ ਕਰੀਮਾਂ ਵਗੈਰਾ ਮੈਂ ਜਿੱਦਾਂ ਕਿ ਫੇਅਰਨ ਲਾ ਲਈ ਕੋਈ ਬਹੁਤ ਕੁਛ ਯੂਜ਼ ਕਰਦੀ ਹਾਂ, ਮੈਂ ਇਦਾਂ ਦਾ ਕਦੇ ਵੀ ਯੂਜ਼ ਨਹੀਂ ਕੀਤਾ ਕੁਛ ਵੀ। ਇਹ ਆ ਮੇਰੇ ਡੇਲੀ ਦਾ ਰੂਟੀਨ, ਆਪਣਾ ਮੇਕਅਪ, ਤੇ ਇਹ ਲਾ ਲਈ ਦੀ ਆਪਾਂ ਛੋਟੀ ਜਿਹੀ ਬਿੰਦੀ, ਇਹ ਮਹਿਰੂਨ ਕਲਰ ਦੀ ਆ, ਇੱਕ ਮੇਰੇ ਕੋਲ ਵਾਈਟ ਸਟੋਨ ਆ ਉਹ ਵੀ ਲਾ ਲੈਂਦੀ ਹਾਂ,
ਇਹ ਮੈਂ ਕਈ ਵਾਰ ਸਕਿਪ ਵੀ ਕਰ ਦਿੰਦੀ, ਕਈ ਵਾਰ ਜਦ ਦਿਲ ਕਰਦਾ ਲਾ ਲੈਂਦੀ ਹਾਂ। ਅਤੇ ਇਹ ਹੈਗੀ ਆ ਮੇਰੀ ਲਿਪਸਟਿਕ, ਇਹ ਮੈਟ 'ਚ ਖਤਮ ਹੋਣ ਵਾਲੀ ਆ, ਲਿਪਸਟਿਕ ਲਿਪਸਟਿਕ ਲਿਪਸਟਿਕ। ਅਤੇ ਇਹ ਆਹ ਵਾਲੇ ਕਲਰ ਦੀ ਆ, ਇਹ ਮੈਂ ਆਪਣੀ ਲਗਾਉਂਦੀ ਹਾਂ, ਇੱਕ ਮਹਿਰੂਨ ਕਲਰ ਦੀ ਹੈ ਨਾ ਹੁੰਦੀ ਹੈ ਮੇਰੇ ਕੋਲ, ਰੈੱਡ ਸ਼ੇਡ ਜਿਹਾ। ਵੈਸੇ ਕਲਰ ਤਾਂ ਬਹੁਤ ਨੇ, ਬਟ ਮੇਰੇ ਫੇਵਰੇਟ ਇਹੀ ਆ, ਇਹ ਮੈਟ 'ਚ ਕਰੀਮੀ ਮੈਟ ਆ, ਇਹ ਮੈਨੂੰ ਕਰੀਮੀ ਮੈਟ ਹੀ ਵਧੀਆ ਲੱਗਦੀਆਂ ਨੇ। ਇਹਦੇ ਨਾਲ ਦੀ ਮੈਂ ਹੁਣ ਹੋਰ ਲੈ ਕੇ ਆਊਂਗੀ, ਇਹ ਲਿਪਸਟਿਕ ਬਹੁਤ ਵਧੀਆ ਹੈ, ਲਿਪਸਟਿਕ ਇਹ ਆਪਣੀ ਬਿੰਦੀ ਬਸ ਆਪਣੇ ਇੰਨਾ ਕੁ ਡੇਲੀ ਦਾ ਹੁੰਦਾ ਹੈ। ਦੇਖੋ ਇਹਦੇ ਨਾਲ ਲਾਉਣ ਨਾਲ ਦੇਖੋ ਕਿੰਨਾ ਫੇਸ ਤੇ ਗਲੋ ਆਉਂਦਾ ਹੈ, ਦੇਖੋ ਆਹ ਨੋਜ਼ ਤੋਂ ਪਤਾ ਲੱਗਦਾ। ਆਪਾਂ ਨੂੰ ਕਰੀਮਾਂ ਵਗੈਰਾ ਜ਼ਿਆਦਾ ਯੂਜ਼ ਨਹੀਂ ਕਰਨੀਆਂ ਚਾਹੀਦੀਆਂ, ਸੀਰਮ ਵਗੈਰਾ ਯੂਜ਼ ਕਰ ਲਵੇ, ਸੀਰਮ ਸਹੀ ਰਹਿੰਦੇ ਨੇ। ਮੈਂ ਤਾਂ ਫੇਸ ਸੀਰਮ ਯੂਜ਼ ਕਰਦੀ ਹਾਂ, ਮੈਂ ਛੋਟੇ ਹੁੰਦੇ ਲਿਪਸਟਿਕ ਕਹਿੰਦੀ ਹੁੰਦੀ ਸੀ ਨਾ, ਫੇਸ ਸੀਰਮ ਸਭ ਤੋਂ ਵਧੀਆ ਹੁੰਦੇ ਨੇ। ਦੇਖੋ ਕਿੰਨਾ ਇਹਦੇ ਨਾਲ ਆਪਣੇ ਆਪ ਨਾ ਗਲੋ ਆ ਜਾਂਦਾ ਹੈ ਅਤੇ ਆਪਣੇ ਆਪ ਡਰਾਈ ਹੋ ਜਾਂਦਾ ਇਹ, ਦੇਖੋ ਬਿਲਕੁਲ ਡਰਾਈ ਹੋ ਚੁੱਕੀ ਹੈ, ਬਿਲਕੁਲ ਨਹੀਂ ਲੱਗ ਰਿਹਾ ਵੀ ਹਾਂ ਫੇਸ 'ਤੇ ਕੁਛ ਲਗਾਇਆ ਹੋਇਆ ਜਾਂ ਕਿਵੇਂ ਆ, ਵੀ ਜੇ ਮੈਂ ਨਹੀਂ ਕਰੀਮਾਂ ਲਾ ਕੇ ਭਾਰਾਪਨ ਜਿਹਾ ਆਪਾਂ ਨੂੰ ਮਹਿਸੂਸ ਹੁੰਦਾ ਹੈ ਨਾ, ਹਾਂ ਵੀ ਕੁਛ ਲਾਇਆ ਹੋਇਆ, ਮੈਂ ਲਾ ਨਹੀਂ ਸਕਦੀ, ਮੈਂ ਕਰੀਮਾਂ ਵਗੈਰਾ ਨਹੀਂ ਲਾ ਸਕਦੀ। ਦੇਖੋ ਆਹ ਨੋਜ਼ ਤੋਂ ਪਤਾ ਲੱਗਦਾ ਵੀ ਦੇਖੋ ਸ਼ਾਈਨਿੰਗ ਆਉਂਦੀ ਹੈ ਨਾ, ਇਹ ਬਹੁਤ ਬੈਸਟ ਹੁੰਦੇ ਨੇ, ਮੇਰੀ ਭੈਣੇ ਇਹ ਯੂਜ਼ ਕਰ ਲਿਆ ਕਰੋ। ਅਤੇ ਆਹ ਹੈਗਾ ਆਪਣਾ ਲਿਪ ਸ਼ੇਡ, ਇਹਨੂੰ ਆਪਾਂ ਮੱਥ ਲਾਉਣਾ ਹੁਣ, ਇਹ ਲਿਪ ਸ਼ੇਡ ਆਪਣਾ ਬਸ ਇੰਨਾ ਕੁ ਆਪਾਂ ਡੇਲੀ 'ਚ ਮੇਕਅਪ ਕਰ ਲੈਂਦੇ ਹਾਂ ਬਸ। ਮੈਂ ਕੁਛ ਜ਼ਿਆਦਾ ਨਹੀਂ ਲਾਉਂਦੀ, ਕਰੀਮਾਂ ਵਗੈਰਾ ਮੈਨੂੰ ਨਹੀਂ ਵਧੀਆ ਲੱਗਦੀਆਂ, ਗਰਮੀਆਂ ਦੇ ਵਿੱਚ ਮੈਂ ਵਾਈਟ ਟੋਨ ਲਾ ਲੈਂਦੀ ਹਾਂ ਫੇਸ ਪਾਊਡਰ ਜਾਂ ਆਪਣਾ। ਚਲੋ ਜੀ ਹੁਣ ਮੈਂ ਸਿਰਸੁਰ ਬਾਲਮਾ ਤੁਹਾਨੂੰ ਫਿਰ ਮਿਲਦੀ ਹਾਂ। ਹਾਂਜੀ ਫਰੈਂਡਸ, ਸਹਿਦੇਵ ਆਪਾਂ ਆ ਗਏ ਅਤੇ ਇੱਧਰ ਆਪਾਂ ਦੁੱਧ ਧਰਤਾ ਗਰਮ, ਬਹੁਤ ਮੀਂਹ ਪੈ ਰਿਹਾ, ਅੱਜ ਸਵੇਰ ਦੀ ਬਾਰਿਸ਼ ਹੋ ਰਹੀ ਹੈ, ਵਿੱਚ ਨੂੰ ਥੋੜ੍ਹੀ ਬਹੁਤੀ ਹਟ ਜਾਂਦੀ ਆ ਅਤੇ ਬਾਰਿਸ਼ ਹੋ ਜ਼ਿਆਦਾਤਰ ਹੋ ਰਹੀ ਆ, ਅੱਜ ਤਾਂ ਸਾਰਾ ਦਿਨ ਲੰਘ ਗਿਆ, ਕੱਲ੍ਹ ਨੂੰ ਪਤਾ ਨਹੀਂ ਹਟੂਗੀ ਪਤਾ ਨਹੀਂ ਨਹੀਂ, ਚਲੋ ਦੇਖ ਰਹੇ ਹਾਂ ਵੀ ਹਟਦੀ ਆ ਕਿ ਨਹੀਂ ਹਟਦੀ, ਕੀ ਬਣਦਾ। ਸੈਰ ਕਰਨ ਵੀ ਨਹੀਂ ਜਾ ਹੋਣਾ ਹੈਗਾ ਅੱਜ, ਬੋਲਦੇ ਨਹੀਂ ਅੱਜ ਸੈਰ ਕਰਨ ਵੀ ਨਹੀਂ ਜਾ ਹੋਣਾ, ਚੱਲਦੇ ਆ ਮੀਂਹ ਪੈਂਦੇ ਲਾਈਟਾਂ ਨਾ ਇੰਨੀਆਂ ਬਾਲਿਆ ਕਰੋ ਬਿਨਾਂ ਮਤਲਬ ਤੋਂ, ਇੱਧਰ ਲਿਖੀ ਨਾ ਬਾਲੀ ਆ ਤੇ ਉਈਓਂ ਗੰਦਾ ਜਿਹਾ ਮੌਸਮ ਸੜਿਆ ਮੁਸਿਆ ਜਿਹਾ, ਉਹਦਾ ਸਵੇਰੇ ਬਸ ਉਹ ਕਰ ਗਿਆ ਤੇ ਮੈਂ ਕਿਹਾ ਵੀਰੇ ਵੀ ਸਰ, ਮੈਂ ਕਿਹਾ ਵੀਰੇ ਅੰਦਰ ਮੇਰੀ ਡਿਊਟੀ ਵੀ ਦੇਖ ਜਾਓ, ਮੈਂ ਕਿਹਾ ਵੀਰੇ ਅੰਦਰ ਡਿਊਟੀ ਵੀ ਦੇਖ ਜਾਓ, ਕਹਿੰਦਾ ਮੈਂ ਘੰਟੇ ਕੁ ਤੱਕ ਆਉਣਾ ਜੀ, ਫਿਰ ਨਾਲੇ ਮੈਂ ਉਹ ਡਿਊਟੀ ਦਾ ਠੀਕ ਕਰਕੇ ਜਾਊਂਗਾ, ਨਾਲੇ ਗਰੈਂਡਰ ਜਿਹਾ ਫਲਾ ਕੇ ਜਾਊਂਗਾ, ਨਾਲੇ ਉਹ ਪਲੱਗ ਪਵਾ ਕੇ ਜਾਊਂਗਾ, ਇੱਕ ਘੰਟਾ ਹਜੇ ਤੱਕ ਹੋਇਆ ਨਹੀਂ ਹੈਗਾ, ਇੱਕ ਘੰਟਾ ਨਹੀਂ ਹੋਇਆ ਹਜੇ ਤੱਕ ਬਿਜਲੀ ਵਾਲੇ ਵੀਰੇ ਦਾ, ਬਿਜਲੀ ਵਾਲੇ ਵੀਰੇ ਸਾਡੇ ਸਵੇਰੇ ਨਾ ਲਾਈਟ ਖਰਾਬ ਹੋ ਗਈ ਸੀਗੀ, ਲਾਈਟ ਦਾ ਠੀਕ ਕਰ ਗਿਆ ਤੇ ਇਹਨੂੰ ਠੀਕ ਨਹੀਂ ਕਰ ਗਿਆ, ਦੇਖਾਂ ਲਾ ਕੇ ਕੀ ਪਤਾ ਚੱਲਦਾ ਹੀ ਹੋਵੇ, ਦੁਬਾਰੇ ਮੁੜ ਕੇ ਲਾ ਕੇ ਮੈਨੂੰ ਦੇਖਿਆ ਫਿਰ, ਬੋਲਦੇ ਨੀ ਇਹਦਾ ਚੱਲ ਵੀ ਟੂਟੀ ਫੁੱਗਣੇ ਨੂੰ ਕੀ ਗੋਲੀ ਵੱਜ ਗਈ ਸੀ, ਸੱਚੇ ਕਰੰਟ ਮਾਰਦੀ ਹੈ ਭਾਈ ਸੱਚ, ਆਹ ਤਾਂ ਮੇਰੇ ਚੱਲ ਸੱਟ ਵੱਜੀ ਹੋਈ ਸੱਟ ਦੇ ਉੱਤਰ, ਤਾਂ ਇਹਨੇ ਕਰੰਟ ਜਿਹਾ ਵੀ ਮਾਰਿਆ ਦੀ ਹੈ, ਕਰੰਟ ਜਿਹਾ ਤਾਂ ਦਿਖਾਉਣਾ ਪੈਣਾ ਵੀ ਕਰੰਟ ਨਾਲ, ਪਤਾ ਨੀ ਮੈਨੂੰ ਇਹ ਲੱਗਿਆ ਪਤਾ ਨੀ ਸੱਟ ਜ਼ਖਮ ਹੋਇਆ ਹੋਇਆ ਉਹਦੇ ਪਰ ਪਾਣੀ ਲੱਗਣ ਕਰਕੇ ਹੋਇਆ ਮੈਨੂੰ, ਚੱਲ ਇੱਕ ਵਾਰ ਚੈੱਕ ਕਰਾ ਲਾਂਗੇ ਫਿਰ ਵੀ, ਪਰ ਚੱਲ ਵੀ ਇੱਧਰ ਆਪਣਾ ਦੁੱਧ ਦਾ ਗਰਮ
ਬਾਕੀ ਜੀ ਸਾਰਿਆਂ ਦਾ ਧੰਨਵਾਦ, ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ। ਪ੍ਰੀਤ ਦਾ ਬਹੁਤ ਧੰਨਵਾਦ, ਉਹ ਵੀ ਬਹੁਤ ਸੋਹਣੇ ਕਮੈਂਟ ਕਰਦੀ ਆ, ਪਰ ਲਾਈਵ ਮੈਂ ਰੋਜ਼ ਨਹੀਂ ਆ ਸਕਦੀ ਕਿਉਂਕਿ ਬਿਜ਼ੀ ਹੁੰਦੇ, ਇੰਨਾ ਟਾਈਮ ਨਹੀਂ ਲੱਗਦਾ ਹੈਗਾ ਲਾਈਵ ਡੇਲੀ ਡੇਲੀ ਆਉਣ ਦਾ, ਕਿਉਂਕਿ ਲਾਈਵ ਆਉਣ ਦੇ ਲਈ ਜਦੋਂ ਆਪਾਂ ਫ੍ਰੀ ਹੁੰਦੇ ਹਾਂ ਨਾ, ਜਦੋਂ ਦਿਨ ਬੜੇ ਹੋ ਜਾਣਗੇ ਉਦੋਂ ਆਇਆ ਕਰੂੰਗੀ, ਕਿਉਂਕਿ ਹਜੇ ਅੱਜ ਤਾਂ ਵੈਸੇ ਹੀ ਸਾਰਾ ਦਿਨ ਗੰਦਾ ਗੰਦਾ ਚੱਲ ਗਿਆ ਹੈ। ਮੈਂ ਤਾਂ ਹੁਣ ਵੀ ਰਜਾਈ 'ਚ ਪਈ ਸੀ ਕਿਉਂਕਿ ਠੰਡ ਹੋ ਗਈ ਕਾਫੀ ਜ਼ਿਆਦਾ, ਪਰ ਠੰਡ ਹੋ ਗਈ ਪਰ ਐਂ ਨਹੀਂ ਹੈਗਾ ਜਿਵੇਂ ਹੱਥਾਂ ਨੂੰ ਸੁੰਨ ਜਿਹਾ ਠਾਰੀ ਜਿਹੀ ਚੜ੍ਹਦੀ, ਉਹ ਠੰਡ ਨਹੀਂ ਹੈਗੀ, ਵੈਸੇ ਠੰਡ ਨੋਰਮਲੀ ਠੰਡ 'ਚ ਹੀ ਹੋ ਗਈ। ਅਤੇ ਕੀ ਕਹਿੰਦੇ ਹੁੰਦੇ ਨੇ ਜੀ, ਹੁਣ ਬਸ ਹੁਣ ਆਪਾਂ ਦੁੱਧ ਗਰਮ ਕਰਕੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ। ਅਤੇ ਬਾਕੀ ਜੇ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਲਾਈਕ ਕਰਦੇ, ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਦੇ ਕਰਿਓ ਜੀ। ਔਰ ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨਿਊ ਵਲੌਗ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।